ਧਿਆਨ ਸਾਧਨਾ ਧਿਆਨ ਸਾਧਨਾ ਦੋ ਸ਼ਬਦਾਂ ਦਾ ਮੇਲ ਹੈ। ਧਿਆਨ ਅਤੇ ਸਾਧਨਾ, ਧਿਆਨ ਦਾ ਅਰਥ ਹੈ ਕਿਸੇ ਵੀ ਚੀਜ਼ ਨੂੰ ਲੰਮੇ ਸਮੇਂ ਲਈ ਸੋਚ ਸਮਝ ਕੇ ਵੇਖਣ ਦੀ ਕਿਰਿਆ। ਸਾਧਨਾ ਸਾਧਨਾ ਦਾ ਮਤਲਬ ਹੈ ਕਿ ਤੁਸੀਂ ਹਰ ਚੀਜ਼ ਨੂੰ ਆਪਣੀ ਤੰਦਰੁਸਤੀ ਅਤੇ ਤਰੱਕੀ ਲਈ ਇੱਕ ਸਾਧਨ ਵਜੋਂ ਵਰਤ ਰਹੇ ਹੋ। ਸਾਧਨਾ ਦਾ ਮਤਲਬ ਕਿਸੇ ਖਾਸ ਕਿਸਮ ਦੀ ਗਤੀਵਿਧੀ ਨਹੀਂ, ਹਰ ਚੀਜ਼ ਸਾਧਨਾ ਹੋ ਸਕਦੀ ਹੈ। ਜਿਸ ਤਰੀਕੇ ਨਾਲ ਤੁਸੀਂ ਖਾਂਦੇ ਹੋ, ਜਿਸ ਤਰੀਕੇ ਨਾਲ ਤੁਸੀਂ ਬੈਠਦੇ ਹੋ, ਜਿਸ ਤਰ੍ਹਾਂ ਤੁਸੀਂ ਖੜ੍ਹਦੇ ਹੋ, ਸਾਹ ਲੈਂਦੇ ਹੋ, ਆਪਣੇ ਸਰੀਰ, ਦਿਮਾਗ ਅਤੇ ਆਪਣੀ ਭਾਵਨਾਵਾਂ ਨੂੰ, ਆਪਣੇ ਇਮੋਸ਼ਨਸ ਦਾ ਸੰਚਾਲਨ ਕਰਦੇ ਹੋ, ਇਹ ਸਾਧਨਾ ਹੈ। ਸਾਧਨਾ ਇੱਕ ਅਨੁਸ਼ਾਸਨ ਹੈ ਜੋ ਕਿਸੇ ਗੋਲ ਦੇ ਪ੍ਰਤੀ, ਕਿਸੇ ਗੋਲ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ। ਸਾਧਨਾ ਅਭਿਆਸ ਜਾਂ ਕਿਰਿਆ ਸਾਰਿਆਂ ਦਾ ਅਰਥ ਇੱਕ ਹੈ। ਇੱਕ ਸਟੂਡੈਂਟ ਜੋ ਆਪਣੀ ਪੜ੍ਹਾਈ ਲਈ ਆਪਣੇ ਤਨ ਮਨ ਨਾਲ ਹਰ ਰੋਜ਼ ਹਰ ਲੈਕਚਰ ਵਿੱਚ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦਾ ਹੈ। ਇੱਕ ਦਿਹਾੜੀਦਾਰ ਜੋ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦਾ ਹੈ, ਆਪਣਾ ਸਾਰਾ ਕੰਮ, ਆਪਣੀ ਸਾਰੀ ਦਿਹਾੜੀ ਇਮਾਨਦਾਰੀ ਨਾਲ ਕਰਦਾ ਹੈ ਅਤੇ ਸ਼ਾਮ ਨੂੰ ਘਰ ਜਾ ਕੇ ਆਪਣੇ ਪਰਿਵਾਰ ਨਾਲ ਆਪਣੀ ਕਮਾਈ ਨੂੰ ਸ਼ੇਅਰ ਕਰਦਾ ਹੈ, ਜਾਂ ਇੱਕ ਰਾਜਾ, ਜਾਂ ਇੱਕ ਅਮੀਰ ਇਨਸਾਨ, ਜਾਂ ਇੱਕ ਆਮ ਇਨਸਾਨ ਜੋ ਆਪਣੇ ਮਨ ਦੇ ਵਿੱਚ ਚੱਲ ਰਹੇ ਵਿਚਾਰਾਂ ਨੂੰ ਧਿਆਨ ਨਾਲ ਦੇਖ ਕੇ, ਸਮਝ ਕੇ ਵਿਚਾਰਦਾ ਹੈ, ਆਪਣੇ ਮਨ ਦੇ ਵਿਕਾਰਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਟੂਡੈਂਟ, ਦਿਹਾੜੀਦਾਰ, ਰਾਜਾ, ਅਮੀਰ ਇਨਸਾਨ, ਇਹ ਸਭ ਸਾਧਨਾ ਕਰ ਰਹੇ ਨੇ, ਧਿਆਨ ਸਾਧਨਾ ਕਰ ਰਹੇ ਨੇ। ਸੋ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਘੰਟਾ, ਦੋ ਘੰਟੇ, 10 ਮਿੰਟ, 5 ਮਿੰਟ ਕਿਉਂ ਬੈਠੀਏ? ਕਿਉਂਕਿ ਮਨ ਦੀ ਗਹਿਰਾਈ ਸਿਰਫ ਅਸੀਂ ਜਾਂ ਬੋਲਦੇ ਹਾਂ, ਜਾਂ ਕਿਸੇ ਨਾਲ ਗੱਲਾਂ ਕਰਦੇ ਹਾਂ, ਜਾਂ ਮੈਥ ਦੇ ਸਵਾਲ ਕਰਦੇ ਹਾਂ, ਜਾਂ ਆਪਣਾ ਆਪਣੀ ਰੋਜ਼ ਦੀ ਜ਼ਿੰਦਗੀ ਜਿਉਂਦੇ ਹਾਂ, ਇੱਥੋਂ ਤੱਕ ਨਹੀਂ ਹੈ। ਈਵਨ ਕਿ ਮਨ ਦੀ ਗਹਿਰਾਈ ਸਿਰਫ ਆਪਣੇ ਵਿਚਾਰਾਂ ਨੂੰ ਵੇਖਣਾ ਨਹੀਂ ਹੈ। ਮਨ ਦੀ ਗਹਿਰਾਈ ਹੈ ਅਣੂ ਤੱਕ, ਪ੍ਰਮਾਣੂ ਤੱਕ, ਐਟਮ ਤੱਕ, ਨਿਊਟ੍ਰੋਨ, ਪ੍ਰੋਟੋਨ, ਇਲੈਕਟ੍ਰੋਨ ਤੱਕ। ਈਵਨ ਕਿ ਮਨ ਦੀ ਗਹਿਰਾਈ ਐਟਮ ਤੋਂ ਵੀ ਡੂੰਘੀ ਹੈ। ਸੋ ਜੇਕਰ ਆਪਾਂ ਅੱਜ ਦੇ ਤਰੀਕੇ ਨਾਲ ਗੱਲ ਕਰੀਏ ਕਿ ਜੋ ਜਿੱਥੋਂ ਤੱਕ ਸਾਇੰਸ ਨੇ ਤਰੱਕੀ ਕਰ ਲਈ ਹੈ, ਜੋ ਸਾਇੰਸ ਨੇ ਰਿਸਰਚ ਕੀਤੀ ਹੈ, ਉੱਥੋਂ ਤੱਕ ਉਸ ਹਿਸਾਬ ਨਾਲ ਗੱਲ ਕਰੀਏ, ਸਾਇੰਸ ਇਹ ਕਹਿੰਦੀ ਹੈ ਕਿ ਅਸੀਂ ਇੱਕ ਸੈੱਲ ਤੋਂ ਹੌਲੀ ਹੌਲੀ ਡਿਵੈਲਪ ਹੋਏ ਹਾਂ, ਇੱਥੋਂ ਤੱਕ ਇਨਸਾਨ ਬਣੇ ਹਾਂ। ਯੋਗੀ, ਆਪਣੇ ਗੁਰੂ, ਇਹ ਸਾਰੇ ਕਹਿੰਦੇ ਨੇ ਕਿ ਅਸੀਂ ਬਹੁਤ ਹਜ਼ਾਰਾਂ ਲੱਖਾਂ ਕਰੋੜਾਂ ਜਨਮ ਲਏ ਅਤੇ ਅਸੀਂ ਇੱਥੇ ਤੱਕ ਪਹੁੰਚੇ ਹਾਂ। ਸੋ ਜੇ ਆਪਾਂ ਸਾਇੰਸ ਅਤੇ ਧਰਮ ਤੋਂ ਪਰੇ ਦੀ ਗੱਲ ਕਰੀਏ, ਇਹਨਾਂ ਨੂੰ ਇੱਕ ਨਵੇਂ ਤਰੀਕੇ ਨਾਲ ਦੇਖੀਏ, ਤੇ ਇਹਨਾਂ ਦਾ ਮਤਲਬ ਦੋਵਾਂ ਦਾ ਸੇਮ ਹੀ ਬਣਦਾ ਹੈ। ਸਾਇੰਸ ਵੀ ਕਹਿੰਦੀ ਹੈ ਕਿ ਤੁਸੀਂ ਬਹੁਤ ਜਨਮ ਲਏ, ਪਹਿਲਾਂ ਤੁਸੀਂ ਸੈੱਲ ਦਾ ਜਨਮ ਲਿਆ, ਫਿਰ ਤੁਸੀਂ ਅੱਗੇ ਮੱਛੀ ਦਾ ਜਨਮ ਲਿਆ, ਫਿਰ ਅੱਗੇ ਤੁਸੀਂ ਹੋਰ ਚੀਜ਼ ਦਾ ਜਨਮ ਲਿਆ, ਅਤੇ ਧਰਮ ਵੀ ਇਹੀ ਕਹਿੰਦਾ ਹੈ ਕਿ ਤੁਸੀਂ 84 ਲੱਖ ਜਨਮ ਲੈ ਕੇ ਫਿਰ ਇਨਸਾਨ ਦੀ ਜੋਨ ਵਿੱਚ ਆਏ ਹੋ। ਸੋ ਮਤਲਬ ਸੇਮ ਹੈ। ਸਾਇੰਸ ਕਹਿੰਦੀ ਹੈ ਕਿ ਮਨ ਦੇ ਵਿਚਾਰ ਤਰੰਗਾਂ ਹਨ, ਅਤੇ ਧਰਮ, ਗੁਰੂ, ਮਹਾਰਿਸ਼ੀ ਵੀ ਇਹੀ ਕਹਿੰਦੇ ਹਨ ਕਿ ਆਪਣੇ ਮਨ ਦੇ ਵਿਚਾਰ ਦੇਖੇ ਨਹੀਂ ਜਾ ਸਕਦੇ। ਅਸੀਂ ਆਪਣੇ ਮਨ ਦੇ ਵਿਚਾਰ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਤੱਕ ਬਿਨਾਂ ਬੋਲੇ, ਬਿਨਾਂ ਦੱਸੇ ਆਪਾਂ ਉਹ ਮਨ ਦੇ ਵਿਚਾਰ ਇੱਕ ਦੂਜੇ ਦੇ ਵਿੱਚ ਟ੍ਰਾਂਸਫਰ ਕਰ ਸਕਦੇ। ਸੋ ਧਰਮ ਅਤੇ ਸਾਇੰਸ ਦੀ ਜਰਨੀ ਜਾਂ ਉਹਨਾਂ ਦਾ ਮਤਲਬ ਸੇਮ ਹੈ। ਧਿਆਨ ਸਾਧਨਾ 'ਤੇ ਆਪਾਂ ਗੱਲ ਕਰਦੇ ਹਾਂ। ਧਿਆਨ ਸਾਧਨਾ ਦਾ ਮਤਲਬ ਹੈ ਕਿ ਕਿਸੇ ਵੀ ਕੰਮ ਨੂੰ, ਧਿਆਨ ਦੇ ਨਾਲ, ਇੱਕ ਡਿਸਿਪਲਿਨ ਦੇ ਨਾਲ, ਅਨੁਸ਼ਾਸਨ ਦੇ ਨਾਲ ਕਰਨਾ। ਇੱਕ ਆਮ ਇਨਸਾਨ ਲਈ, ਇੱਕ ਸਟੂਡੈਂਟ ਲਈ ਸਵੇਰੇ ਉੱਠਣਾ, ਸਵੇਰੇ ਉੱਠ ਕੇ ਆਪਣੇ ਮਨ ਦੇ ਵਿਚਾਰਾਂ ਨੂੰ ਦੇਖਣਾ ਕਿ ਮੇਰੇ ਮਨ ਦੇ ਅੰਦਰ ਕੀ ਵਿਚਾਰ ਚੱਲ ਰਹੇ ਹਨ। ਇਹ ਕਰਨ ਨਾਲ, ਅੱਧਾ ਘੰਟਾ ਕਰਨਾ, 20 ਮਿੰਟ ਕਰਨ ਨਾਲ, ਉਹ ਆਪਣਾ ਸਾਰਾ ਦਿਨ ਇੱਕ ਵਧੀਆ ਤਰੀਕੇ ਨਾਲ ਪਲੈਨ ਕਰ ਸਕਦਾ ਹੈ। ਉਹ ਆਪਣੇ ਮਨ ਦੇ ਵਿਚਾਰਾਂ ਨੂੰ, ਆਪਣੇ ਗੋਲ ਪ੍ਰਿਓਰਟਾਈਜ਼ ਕਰ ਸਕਦਾ ਹੈ, ਆਪਣੇ ਗੋਲਾਂ ਨੂੰ ਇੱਕ ਡਾਇਰੈਕਸ਼ਨ ਦੇ ਸਕਦਾ ਹੈ ਕਿ ਮੈਂ ਇਹ ਪਹਿਲਾ ਕੰਮ ਇਹ ਕਰਨਾ ਹੈ, ਦੂਜਾ ਕੰਮ ਇਹ ਕਰਨਾ ਹੈ, ਤੀਜਾ ਕੰਮ ਇਹ ਕਰਨਾ। ਇਹ ਕਰਨ ਨਾਲ ਉਹ ਇਹ ਵੀ ਦੇਖ ਸਕਦਾ ਹੈ, ਉਸਨੂੰ ਇਸ ਚੀਜ਼ ਦੀ ਵੀ ਚੰਗੀ ਤਰ੍ਹਾਂ ਸਮਝ ਲੱਗ ਜਾਏਗੀ ਕਿ ਕਿਹੜੀ ਚੀਜ਼ ਉਹਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਤੇ ਕਿਹੜੀ ਚੀਜ਼ ਉਹਦੇ ਲਈ ਇੰਪੋਰਟੈਂਟ ਨਹੀਂ ਹੈ। ਉਹ ਹਰ ਇੱਕ ਚੀਜ਼ ਨੂੰ ਲੌਜੀਕਲ ਤਰੀਕੇ ਨਾਲ ਦੇਖ ਰਿਹਾ ਹੈ, ਸਿਰਫ ਮਨ ਦੇ ਵਿਚਾਰਾਂ ਨੂੰ ਦੇਖਣ ਨਾਲ। ਮਨ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਦੇਖਣ ਨਾਲ, ਕੁਝ ਟਾਈਮ ਸਪੈਂਡ ਕਰਨ ਨਾਲ,
ਉਸਨੂੰ ਇਹ ਸਮਝ ਲੱਗ ਜਾਂਦੀ ਹੈ ਕਿ ਪੜ੍ਹਾਈ ਦਾ ਅੱਜ ਤੋਂ 20 ਸਾਲਾਂ ਬਾਅਦ ਮੈਨੂੰ ਕੀ ਬੈਨੀਫਿਟ ਹੋਏਗਾ, ਜੇ ਮੈਂ ਸਪੋਰਟਸ ਵਿੱਚ ਮਿਹਨਤ ਕਰਦਾ ਹਾਂ ਉਹਦਾ ਕੀ ਬੈਨੀਫਿਟ ਹੋਏਗਾ, ਜਾਂ ਮੈਂ ਆਪਣੇ ਦੋਸਤਾਂ ਨਾਲ ਮੌਜ ਮਸਤੀ ਕਰ ਲਾਂ, ਗੱਪਾਂ ਛੱਪਾਂ ਕਰ ਲਾਂ, ਉਹਦਾ ਮੈਨੂੰ ਕੀ ਬੈਨੀਫਿਟ ਹੋਏਗਾ। ਉਹ ਹਰ ਇੱਕ ਚੀਜ਼ ਨੂੰ ਇੱਕ ਸਮਝਦਾਰ ਇਨਸਾਨ ਦੀ ਤਰ੍ਹਾਂ ਦੇਖਣਾ ਸ਼ੁਰੂ ਕਰ ਦੇਗਾ। ਜੇ ਉਹ 20 ਮਿੰਟ ਸਵੇਰੇ ਉੱਠ ਕੇ ਆਪਣੇ ਵਿਚਾਰਾਂ ਨੂੰ, ਆਪਣਾ ਧਿਆਨ ਅਨੁਸ਼ਾਸਨ ਡਿਸਿਪਲਿਨ ਦੇ ਨਾਲ ਆਪਣਾ ਧਿਆਨ ਆਪਣੇ ਵਿਚਾਰਾਂ ਉੱਤੇ ਇਕਾਗਰ ਕਰੇ, ਉਸ ਤੋਂ ਬਾਅਦ ਉਹ ਸਵੇਰੇ ਉੱਠ ਕੇ ਧਿਆਨ ਸਾਧਨਾ ਨਾਲ, ਧਿਆਨ ਸਾਧਨਾ ਜਦੋਂ ਦਾ ਜੋ ਅੱਖਰੀ ਅਰਥ ਹੈ, ਉਸ ਤਰੀਕੇ ਨਾਲ ਆਪਣਾ ਦਿਨ ਸ਼ੁਰੂ ਕਰੇ। ਸਵੇਰੇ ਉੱਠ ਕੇ ਆਪਣੇ ਵਿਚਾਰਾਂ ਨੂੰ ਦੇਖਣ ਤੋਂ ਬਾਅਦ ਆਪਣੀ ਪੜ੍ਹਾਈ ਕਰੇ, ਆਪਣੇ ਮਾਂ ਪਿਓ ਦੀ, ਜੇ ਉਹਨਾਂ ਨੂੰ ਕਿਸੇ ਚੀਜ਼ ਦੀ ਕਿਸੇ ਵੀ ਕੰਮ 'ਚ ਉਸਦੀ ਲੋੜ ਹੈ, ਆਪਣੀ ਮਾਂ ਦੀ, ਆਪਣੇ ਭੈਣ ਭਰਾਵਾਂ ਦੀ ਮਦਦ ਕਰੇ, ਆਪਣੇ ਭੈਣ ਭਰਾਵਾਂ ਨਾਲ, ਆਪਣੇ ਪਰਿਵਾਰ ਨਾਲ ਰਿਸਪੈਕਟ ਨਾਲ ਪੇਸ਼ ਆਏ, ਸਕੂਲ ਜਾਏ, ਆਪਣੇ ਦੋਸਤਾਂ ਮਿੱਤਰਾਂ ਨਾਲ ਮੌਜ ਮਸਤੀ ਵੀ ਕਰੇ, ਆਪਣੇ ਟੀਚਰਾਂ ਨਾਲ ਰਿਸਪੈਕਟ ਨਾਲ ਪੇਸ਼ ਆਏ, ਆਪਣੇ ਕੰਮ ਅਨੁਸ਼ਾਸਨ ਦੇ ਨਾਲ ਕਰੇ, ਕੰਸਨਟ੍ਰੇਸ਼ਨ ਦੇ ਨਾਲ ਕਰੇ। ਇਹ ਨਹੀਂ ਕਿ ਉਹ ਸਕੂਲ ਜਾਏ ਕਿ ਉਹਦਾ ਇਹ ਟੀਚਾ ਹੋਏ, ਉਸਦਾ ਇਹ ਗੋਲ ਹੋਏ ਕਿ ਮੈਂ ਅੱਜ ਬੈਸਟ ਸਟੂਡੈਂਟ ਬਣ ਕੇ ਆ ਜਾਣਾ ਹੈ। ਸਿਰਫ ਉਹ ਜਿੰਨਾ ਕਿਸੇ ਚੀਜ਼ ਦੇ ਕਾਬਿਲ ਹੈ, ਉਸਨੂੰ ਆਪਣੇ ਤਨੋ ਮਨੋ ਕਰੇ, ਤਨੋ ਮਨੋ। ਜੇਕਰ ਉਹ ਮੈਥ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ 100 ਵਿੱਚੋਂ 100 ਨੰਬਰ ਨਹੀਂ ਲੈ ਸਕਦਾ, ਪਰ ਉਹ ਇਹ ਸੋਚੇ ਕਿ ਮੈਂ ਆਪਣੇ ਤਨ ਮਨ ਦੇ ਨਾਲ ਆਪਣੇ ਅਧਿਆਪਕ ਦੀ ਗੱਲ ਸੁਣਨੀ ਹੈ ਅਤੇ ਆਪਣੀ ਪੜ੍ਹਾਈ ਨੂੰ ਆਪਣੇ ਤਨ ਮਨ ਦੇ ਨਾਲ ਕਰਨਾ ਹੈ। ਸ਼ਾਮੀ ਆਪਣੇ ਸਰੀਰ ਲਈ ਕਸਰਤ ਕਰੇ, ਚੰਗਾ ਖਾਣਾ ਖਾਏ, ਗੰਦ ਪਿੱਲ ਨਾ ਖਾਏ, ਅਤੇ ਸੌਣ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ 20 ਮਿੰਟ ਅੱਧਾ ਘੰਟਾ ਦੇਖੇ ਕਿ ਅੱਜ ਮੈਂ ਸਾਰਾ ਦਿਨ ਕੀ ਕੀਤਾ, ਮੈਂ ਕਿਸੇ ਨੂੰ ਕੋਈ ਠੇਸ ਤੇ ਨਹੀਂ ਪਹੁੰਚਾਈ, ਮੈਂ ਕੋਈ ਚੰਗਾ ਮਾੜਾ ਕੀ ਕੰਮ ਕੀਤਾ। ਸਿਰਫ ਆਪਣੇ ਵਿਚਾਰਾਂ ਨੂੰ ਦੇਖੇ, ਸਮਝੇ, ਧਿਆਨ ਦੇ ਨਾਲ। ਇਹ ਸਟੂਡੈਂਟ, ਇਹ ਵਿਦਿਆਰਥੀ ਧਿਆਨ ਸਾਧਨਾ ਕਰ ਰਿਹਾ ਹੈ। ਇਹ 8 ਘੰਟੇ ਚੌਂਕੜੀ ਮਾਰ ਕੇ ਮੈਡੀਟੇਸ਼ਨ ਨਹੀਂ ਕਰ ਰਿਹਾ, ਪਰ ਇਸ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸਦਾ ਜੋ ਦਿਨ ਹੈ, ਹਰ ਰੋਜ਼ ਆਪਣਾ ਹਰ ਇੱਕ ਕੰਮ ਆਪਣੇ ਤਨ ਮਨ ਨਾਲ ਕਰ ਰਿਹਾ ਹੈ, ਆਪਣੇ ਵਿਚਾਰਾਂ ਨੂੰ ਦੇਖ ਰਿਹਾ ਹੈ, ਇਹ ਧਿਆਨ ਸਾਧਨਾ ਕਰ ਰਿਹਾ। ਪਰ ਦੂਸਰੇ ਪਾਸੇ ਇੱਕ ਸਾਧ ਹੈ ਜੋ ਕਿ 10 ਘੰਟੇ 20 ਘੰਟੇ 25 ਘੰਟੇ ਬੈਠਦਾ ਹੈ ਸਿਰਫ ਸ਼ਕਤੀਆਂ ਪਾਉਣ ਲਈ, ਕਿ ਮੈਨੂੰ ਲੋਕੀ ਵੇਖਣ, ਮੈਂ 25 ਘੰਟੇ ਲਗਾਤਾਰ ਬੈਠ ਸਕਦਾ ਹਾਂ, ਮੇਰੇ ਕੋਲ ਲੋਕੀ ਆਉਣ, ਮੈਨੂੰ ਮੱਥਾ ਟੇਕਣ। ਉਸਦੇ ਮਨ ਅੰਦਰ ਲੋਭ ਭਰਿਆ ਹੋਇਆ ਹੈ, ਲਾਲਚ ਭਰਿਆ ਹੋਇਆ ਹੈ ਕਿ ਲੋਕੀ ਮੇਰੇ ਮਗਰ ਆਉਣ, ਮੈਂ 20 ਘੰਟੇ ਬੈਠਾ, ਮੈਂ 5 ਘੰਟੇ ਬੈਠਾ, ਮੈਂ ਸਮਾਧੀ ਲਵਾਂ, ਮੈਂ ਪ੍ਰਕਾਸ਼ ਨੂੰ ਪ੍ਰਾਪਤ ਕਰ ਲਵਾਂ, ਮੈਂ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂ। ਪਰ ਉਸਦੀ ਜ਼ਿੰਦਗੀ ਦੇ ਵਿੱਚ, ਉਸਦੀ ਜ਼ਿੰਦਗੀ ਦਾ ਜੋ ਅਨੁਸ਼ਾਸਨ ਹੈ, ਉਹ ਸਹੀ ਨਹੀਂ ਹੈ। ਉਸਦੇ ਮਨ ਅੰਦਰ ਇੱਕ ਲਾਲਚ ਭਰਿਆ ਹੋਇਆ ਕਿ ਮੈਂ 10 ਘੰਟੇ ਮੈਡੀਟੇਸ਼ਨ ਕਰਾਂ, ਲੋਕੀ ਮੈਨੂੰ ਦੇਖਣ, ਮੈਨੂੰ ਚੜਾਵਾ ਚੜਾ ਕੇ ਜਾਣ, ਮੈਨੂੰ ਮੱਥਾ ਟੇਕਣ। ਇਹ ਧਿਆਨ ਸਾਧਨਾ ਨਹੀਂ ਹੈ। ਧਿਆਨ ਸਾਧਨਾ ਹੈ ਕਿਸੇ ਵੀ ਕੰਮ ਨੂੰ, ਜੇਕਰ ਉਹ ਖਿਡਾਰੀ ਹੈ, ਆਪਣੀ ਜ਼ਿੰਦਗੀ ਇੱਕ ਬੈਲੈਂਸ ਜ਼ਿੰਦਗੀ ਜੀਵੇ। ਜੇਕਰ ਅਮੀਰ ਇਨਸਾਨ ਹੈ, ਉਹ ਪੈਸੇ ਦੇ ਮਗਰ ਨਾ ਭੱਜੇ, ਆਪਣੀ ਕਮਾਈ ਨੂੰ ਚੰਗੇ ਪਾਸੇ ਲਾਵੇ, ਆਪਣੇ ਵਿਚਾਰਾਂ ਨੂੰ ਚੰਗਾ ਰੱਖੇ, ਨਸ਼ਿਆਂ ਤੋਂ ਦੂਰ ਰਹੇ, ਆਪਣੇ ਮਨ ਦੀ ਅਤੇ ਆਪਣੇ ਤਨ ਦੀ, ਆਪਣੀ ਬੋਡੀ ਦੇ ਲਈ, ਉਹਨਾਂ ਨੂੰ ਤੰਦਰੁਸਤ ਰੱਖਣ ਦੇ ਲਈ ਐਕਸਰਸਾਈਜ਼ ਕਰੇ। ਆਪਣੀ ਬੋਡੀ ਨੂੰ ਤੰਦਰੁਸਤ ਰੱਖਣ ਦੇ ਲਈ ਅਸੀਂ ਜਿੰਮ ਜਾ ਸਕਦੇ ਹਾਂ, ਅਸੀਂ ਯੋਗਾ ਕਰ ਸਕਦੇ ਹਾਂ, ਅਸੀਂ ਰਨਿੰਗ ਕਰ ਸਕਦੇ ਹਾਂ, ਅਸੀਂ ਚੰਗਾ ਖਾਣਾ ਖਾ ਸਕਦੇ ਹਾਂ। ਉਸੇ ਤਰ੍ਹਾਂ ਆਪਣੇ ਮਨ ਨੂੰ ਤੰਦਰੁਸਤ ਰੱਖਣ ਦੇ ਲਈ ਅਸੀਂ ਸਵੇਰੇ ਸ਼ਾਮ 20 ਮਿੰਟ ਆਪਣੇ ਵਿਚਾਰਾਂ ਨੂੰ ਦੇਖ ਸਕਦੇ ਹਾਂ, ਆਪਣੇ ਸਾਹਾਂ ਉੱਤੇ ਕੰਸਨਟ੍ਰੇਸ਼ਨ ਕਰ ਸਕਦੇ ਹਾਂ, ਆਪਣੇ ਸਾਹਾਂ ਉੱਤੇ ਅਤੇ ਆਪਣੇ ਵਿਚਾਰਾਂ ਉੱਤੇ ਧਿਆਨ ਕਰ ਸਕਦੇ ਹਾਂ। ਸਰੀਰ ਦੀ ਖੁਰਾਕ ਚੰਗਾ ਖਾਣਾ ਹੈ, ਉਸੇ ਤਰ੍ਹਾਂ ਆਪਣੇ ਮਨ ਦੀ ਖੁਰਾਕ ਹੈ ਚੰਗੇ ਵਿਚਾਰ। ਹਰ ਇੱਕ ਕੰਮ ਧਿਆਨ ਨਾਲ ਕਰੇ ਅਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਦਿਨ ਅਨੁਸ਼ਾਸਨ ਦੇ ਨਾਲ ਜੀਵੇ। ਇਹ ਹੈ ਧਿਆਨ ਸਾਧਨਾ, ਇਹ ਹੈ ਧਿਆਨ ਸਾਧਨਾ ਦਾ ਅਸਲੀ ਅਰਥ। ਤੁਸੀਂ ਧਿਆਨ ਸਾਧਨਾ ਬਾਰੇ ਕੀ ਸੋਚਦੇ ਹੋ, ਕਿਰਪਾ ਕਰਕੇ ਕਮੈਂਟ 'ਚ ਜ਼ਰੂਰ ਦੱਸਿਓ। ਧੰਨਵਾਦ।